ਵਧੀਆ ਫਿਲਮਾਂ ਪੰਜਾਬੀ ਇੰਡਸਟਰੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਹ ਟੀਜ਼ਰ ਤੋਂ ਬਾਅਦ ਮੈਨੂੰ ਐਡਾ ਲੱਗਿਆ ਜੱਡਾ ਵੱਡਾ ਫਿਲਮ ਦਾ ਨਾਮ ਹੈ ਓਡਾ ਵੱਡਾ ਇਹ ਕਾਰਨਾ ਮੈਂ ਵੀ ਕਰ ਸਕਦੀ ਆ ਅੱਜ ਆਪਾਂ ਗੱਲ ਕਰਾਂਗੇ ਜੱਟ ਨੂੰ ਛੜੇਲ ਟੱਕਰੀ ਫਿਲਮ ਦੇ ਟੀਜ਼ਰ ਦੇ ਰਿਵਿਊ ਦੇ ਬਾਰੇ ਚਲੋ ਸ਼ੁਰੂ ਕਰਦੇ ਹਾਂ ਬਣਾ ਕਿਸੇ ਦੇਰੀ ਤੇ ਇਹ ਫਿਲਮ ਨੂੰ ਲੀਡ ਕਰਨਗੇ ਕੀਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਕੇਲ ਏ ਫ ਟੀਜ਼ਰ ਦੇ ਸ਼ੁਰੂ ਦੇ ਵਿੱਚ ਆਪਾਂ ਨੂੰ ਦਿਖਾਇਆ ਜਾਂਦਾ ਹੈ ਕਿ ਕੀਪੀ ਗਰੇਵਾਲ ਦਾ ਵਿਆਹ ਹੋ ਗਿਆ ਹੈ ਤੇ ਸਰਗੁਣ ਮਹਿਤਾ ਪਤਾ ਲੱਗਦਾ ਹੈ ਕਿ ਕਪੂਤਨੀ ਹੁੰਦੀ ਆ ਸੋ ਇਹ ਫਿਲਮ ਇੱਕ ਕਾਮੇਡੀ ਡਰਾਮਾ ਫਿਲਮ ਹੈਗੀ ਹੈ ਕਈ ਫਿਲਮਾਂ ਐਜੀਆਂ ਹੁੰਦੀਆਂ ਨੇ ਇਲੋਜੀਕਲ ਹੋ ਕੇ ਵੀ ਲੌਜੀਕਲੀ ਆਪਾਂ ਨੂੰ ਹਸਾ ਦਿੰਦੀਆਂ ਨੇ ਐਕਚੁਅਲੀ ਸਲਿਡੀ ਨਹੀਂ ਚੁੜੈ ਜਿਵੇਂ ਆਪਨ ਵੇ ਵੀ ਪਤਾ ਲੱਗਦਾ ਹੈ ਕਿ ਸਰਗੁਣ ਮਹਿਤਾ ਨੇ ਵਿਆਹ ਕਰਾਇਆ ਹੈ ਗੀਪੀਗਰੇਵਾਲ ਦੇ ਨਾਲ ਇੱਕ ਰਿਵੈਂਜ ਲੈਣ ਦੇ ਲਈ ਦੁਸ਼ਮਨੀ ਦੇ ਲਈ ਜੋ ਕਿ ਦੁਸ਼ਮਨੀ ਹੋ ਸਕਦਾ ਹੈ ਕੋਈ ਪੁਰਾਣੇ ਜਮਾਨੇ ਦੀ ਹੋ ਜਿਹਦੇ ਵਿੱਚ ਗੀਪੀਗਰੇਵਾਲ ਇੱਕ ਰਾਜਾ ਹੋਊਗਾ ਤੇ ਸਰਗੁਣ ਮਹਿਤਾ ਉਹਦੀ ਰਾਣੀ ਹੋਊਗੀ ਜਿਵੇਂ ਕਿ ਆਪਨ ਨੂੰ ਪਤਾ ਹੈ ਰਾਜਾ ਹੁੰਦਾ ਹੈ ਜੀਆਂ 101 ਰਾਣੀਆਂ ਹੁੰਦੀਆਂ ਨੇ ਕੁਝ ਐਜਾ ਕੰਟੈਂਟ ਇਹ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਫਿਰ ਬਾਅਦ ਚ ਦੂਜੀ ਦੂਜਾ ਵਿਆਹ ਹੁੰਦਾ ਹੈ ਗੀਪੀਗਰੇਵਾਲ ਦਾ ਰੂਪੀ ਗਿੱਲ ਦੇ ਨਾਲ ਰੂਪੀ ਗਿੱਲ ਦੇ ਕਾਫੀ ਵਧੀਆ ਡਾਇਲੋਗ ਨੇ ਇਹਨੂੰ ਸਬਕ ਸਿਖਾਉਣ ਲਈ ਮੈਂ ਇਹਦੇ ਨਾਲ ਵਿਆਹ ਕੀਤਾ ਵਾਹ ਨੀ ਤੂੰ ਵੱਡੀ ਮਾਸਟਰ ਨੀ ਸਬਕ ਸਬਕ ਤੇ ਚੱਕਰ ਚ ਮੇਰਾ ਘਰ ਵਾਲਾ ਸੈਕੰਡ ਹੈਂਡ ਕਰਤਾ ਆ ਐਕਚੁਅਲੀ ਡਾਇਲੌਗ ਗੀਪੀ ਖੇਲਦਾ ਬਹੁਤ ਹੀ ਵਧੀਆ ਖੂਬਸੂਰਤਲੀ ਉਹਨਾਂ ਨੇ ਡਿਲੀਵਰ ਵੀ ਕੀਤਾ ਇਹ ਫਿਲਮ ਦੇ ਮੇਕਰ ਉਹ ਨੇ ਜਿਨ੍ਹਾਂ ਨੇ ਸੰਕਨ ਸੰਕਣੇ ਤੇ ਕਾਲਾ ਸ਼ਾ ਕਾਲਾ ਵਰਗੀਆਂ ਬਹੁਤ ਹੀ ਸੋਹਣੀਆਂ ਤੇ ਕਾਮੇਡੀ ਫਿਲਮਾਂ ਨੂੰ ਵੀ ਬਣਾਇਆ ਹੈ ਔਰ ਦੋਨੋਂ ਫਿਲਮਾਂ ਦੇ ਵਿੱਚ ਸਰਗੁਣ ਮਹਿਤਾ ਵੀ ਸੀਗੀ ਇਹ ਫਿਲਮ ਦੇ ਵਿੱਚ ਲੱਗ ਰਿਹਾ ਜਦੋਂ ਗੀਪੀ ਗਰੇਵਾਲ ਦੀ ਆਪਾਂ ਨੂੰ ਬੈਕ ਸਟੋਰੀ ਦਿਖਾਈ ਜਾਊਗੀ ਜਿਹਦੇ ਵਿੱਚ ਗੀਪੀ ਗਰੇਵਾਲ ਤੇ ਸਰਗੁਣ ਮਹਿਤਾ ਦਾ ਵਿਆਹ ਹੁੰਦਾ ਰਾਜਾ ਰਾਣੀ ਦਾ ਤੇ ਹੋ ਸਕਦਾ ਆਪਾਂ ਨੂੰ ਮਹਿਲ ਵੀ ਦਿਖਾਇਆ ਜਾਵੇ ਫਿਲਮ ਦੇ ਵਿੱਚ ਕਿਉਂਕਿ ਜ਼ਿਆਦਾਤਰ ਤੁਹਾਨੂੰ ਪਤਾ ਹੈ ਇੰਡੀਆ ਨੇ ਉਹੀ ਪ੍ਰਥਾ ਨੂੰ ਕੰਟੀਨਿਊ ਕਰਦੇ ਆ ਮੇਕਰਸ ਨੇ ਇਹ ਫਿਲਮ ਨੂੰ ਵੀ ਬਣਾਇਆ ਹੈ ਬਟ ਟ੍ਰੇਲਰ ਵਿੱਚ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਇਹਨਾਂ ਦੇ ਰੰਗ ਕੋਲਿਆ ਫਿਲਮ ਦੇ ਵਿੱਚ ਟੀਜ਼ਰ ਤਾਂ ਮੈਨੂੰ ਬਹੁਤ ਹੀ ਹੱਦ ਤੱਕ ਵਧੀਆ ਲੱਗ ਰਿਹਾ ਇਹ ਫਿਲਮ ਨੂੰ ਜੈਨੂਅਲੀ ਇਦਾਂ ਲੱਗਿਆ ਕਿ ਕਾਮੇਡੀ ਫਿਲਮ ਹੈ ਤੇ ਕਾਮੇਡੀ ਹੀ ਇਹਦੇ ਵਿੱਚ ਦਿਖਾਈ ਜਾ ਰਹੀ ਹੈ ਡਰਾਮਾ ਦਿਖਾਇਆ ਜਾ ਰਿਹਾ ਹੈ ਕਿ ਇੱਕ ਕਾਮੇਡੀ ਸੀਨ ਜਦੋਂ ਆਉਂਦਾ ਕਾਮੇਡੀ ਹੈ ਤਾਂ ਆਬਵੀਅਸਲੀ ਹੱਸਣਾ ਹੋਗਾ ਨਾ ਉਸ ਸੀਨ ਦੇ ਵਿੱਚ ਕਈ ਫਿਲਮਾਂ ਦਾ ਇਦਾਂ ਹੁੰਦੀਆਂ ਨੇ ਜਿਦੇ ਵਿੱਚ ਅੱਛਾ ਇਹ ਕਾਮੇਡੀ ਸੀ ਇਹਦਾ ਪੁੱਛਣਾ ਪੈਂਦਾ ਕਿ ਅੱਛਾ ਇੱਥੇ ਹੱਸਣਾ ਕਿ ਨਹੀਂ ਬਟ ਇਹ ਫਿਲਮ ਦੇ ਵਿੱਚ ਜਿੰਨੇ ਵੀ ਡਾਇਲੋਗਸ ਆਏ ਉਹਨਾਂ ਉਤੇ ਐਕਚੁਅਲੀ ਆਪਾਂ ਨੂੰ ਆਟੋਮੈਟਿਕਲੀ ਹੱਸੀ ਆ ਗਈ। ਚਲ ਝੂਟਾ। ਜੋ ਕਿ ਇੱਕ ਸ਼ਾਇਰਾ ਹੁੰਦਾ ਕਿ ਹੋ ਸਕਦਾ ਹੈ ਫਿਲਮ ਵਧੀਆ ਸਕਸੀਡ ਕਰੇ ਅਗਰ ਇਹਦੇ ਪੂਰੀ ਫਿਲਮ ਦੇ ਵਿੱਚ ਹੀ ਐਦਾਂ ਹੀ ਡਾਇਲੋਗਸ ਵਧੀਆ ਹੋਣਗੇ ਤਾਂ ਕਾਫੀ ਹੱਦ ਤੱਕ ਸਟੋਰੀ ਵੀ ਮੈਟਰ ਕਰੂਗੀ ਇਹ ਨਹੀਂਗਾ ਕਿ ਬਿਲਕੁਲੀ ਇਲੋਜੀਕਲ ਹੋ ਜਾਵੇ ਕਿ ਇਧਰਲੇ ਪਾਸੇ ਕੁਝ ਹੋਰ ਚੱਲ ਰਿਹਾ ਉਧਰਲੇ ਪਾਸੇ ਕੁਝ ਹੋਰ ਚੱਲ ਰਿਹਾ ਥੋੜਾ ਕਨੈਕਸ਼ਨ ਵੀ ਹੋਊਗਾ ਮਾੜਾ ਮੋਟਾ ਲੋਜੀਕਲ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਆਮਾਲ ਮੈਂ ਤੇਰੇ ਬਾਪ ਕੋ ਮਾ ਸਿਗਾ ਚਾ ਜੋ ਸੀਜੀਏ ਆਪਾਂ ਨੂੰ ਟੀਜ਼ਰ ਦੇ ਵਿੱਚ ਦੇਖਣ ਨੂੰ ਮਿਲੇ ਨੇ ਕਾਫੀ ਵਧੀਆ ਨੇ ਜਦੋਂ ਆਪਾਂ ਨੇ ਦਿਖਾਇਆ ਜਾਂਦਾ ਇੱਕ ਸਰਗੁਣ ਮਹਿਤਾ ਬੋਲਦੇ ਨੇ ਉਹ ਇੱਕ ਆਮ ਜਹੀ ਪੂਤਣੀ ਨਹੀਂਗੀ ਜਦੋਂ ਉਹ ਕੋਠੇ ਤੋਂ ਥੱਲੇ ਆਉਂਦੇ ਨੇ ਤੇ ਉਹ ਜਿਹੜੇ ਪੈਰਾਂ ਦੇ ਉਹਨਾਂ ਦੇ ਸਟੈਪ ਬਣਦੇ ਨੇ ਉਹ ਸੀਜੀਏ ਕਾਫੀ ਜ਼ਿਆਦਾ ਕੈਂਟ ਤੇ ਖੂਬਸੂਰਤ ਲੱਗ ਰਹੇ ਨੇ ਤੇ ਪਿੱਛੇ ਜਿਹੜਾ ਗਾਣਾ ਵੱਜ ਰਿਹਾ ਸੀ ਜੱਟ ਨੂੰ ਚੜੇਲ ਟੱਕਰੀ ਕੀਪੀ ਘਰੇ ਵਾਲ ਨੇ ਜੋ ਕੀ ਗਾਇਆ ਸੀ ਉਹਦਾ ਟਾਈਟਲ ਟਰੈਕ ਉਹ ਵੀ ਮੈਨੂੰ ਬਹੁਤ ਹੀ ਜ਼ਿਆਦਾ ਕੈਨ ਲੱਗ ਰਿਹਾ ਤੇ ਉਹਦੇ ਕਰਕੇ ਸੀਨਸ ਹੋਰ ਸੋਹਣੇ ਬਣ ਜਾਂਦੇ ਨੇ ਇਹ ਫਿਲਮ 릴ੀਸ ਹੋ ਰਹੀ ਹੈ 15 ਮਾਰਚ 2024 ਨੂੰ ਫਰਵਰੀ 2 ਨੂੰ ਜੋ ਹੈ ਵਾਰਨਿੰਗ ਟੂ ਫਿਲਮ 릴ੀਸ ਹੋਗੀ ਜਾਨੀ 1.5 ਮਹੀਨੇ ਮਹੀਨਾ 1.5 ਮਹੀਨੇ ਤੇ ਬਾਅਦ ਹੀ ਗੀਪੀ ਗਰੇਵਾਲ ਦੀ ਦੂਜੀ ਫਿਲਮ 릴ੀਸ ਹੋ ਜੂਗੀ ਇਹ ਫਿਲਮ ਦਾ ਬਜਟ ਹੈ 10 ਤੋਂ 12 ਕਰੋੜ ਦੇ ਵਿੱਚ ਦਾ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਵਿਕਾਸ ਨੇ ਜਿਨ੍ਹਾਂ ਨੇ ਗੀਪੀ ਗਰੇਵਾਲ ਦੀ ਫਿਲਮ ਯਾਰ ਮੇਰਾ ਤਤਲਿਆਂ ਵਰਗਾ ਨੂੰ ਵੀ ਡਾਇਰੈਕਟ ਕੀਤਾ ਸੀ ਤੇ ਇਹਦੇ ਜਿਹੜੇ ਟੀਜ਼ਰ ਦੀ ਆ ਉਹ ਇੰਨੇ ਹਾਈਪ ਵੀ ਨਹੀਂ ਲੈਣ ਨੂੰ ਮਿਲੀ ਨਾਹੀਂ ਇਹਦੇ ਐਕਟਰ ਰੀਲ ਐਕਟਰ ਨੇ ਇੰਨਾ ਜ਼ਿਆਦਾ ਸ਼ੇਅਰ ਕੀਤਾ ਹੈ ਫਿਲਮ ਨੂੰ ਮੈਨੂੰ ਤਾਂ ਬਾਅਦ ਚੋਂ ਪਤਾ ਲੱਗਿਆ ਕਿ ਜਦੋਂ ਜਗਦੀਪ ਸਿੱਧੂ ਜਿਨ੍ਹਾਂ ਦਾ ਕੋਈ ਨਾਤਾ ਵੀ ਨਹੀਂ ਹੈਗਾ ਫਿਲਮ ਦੇ ਨਾਲ ਉਹਨਾਂ ਨੇ ਟੀਜ਼ਰ ਨੂੰ ਸ਼ੇਅਰ ਕੀਤਾ ਗੀਪੀ ਗਰੇਵਾਲ ਮੈਨੂੰ ਲੱਗਦਾ ਨਹੀਂ ਕਿ ਜ਼ਿਆਦਾ ਇੰਟਰਸਟਿਡ ਲੱਗ ਰਹੇ ਨੇ ਚ ਬਟ ਹੋਣੇ ਚਾਹੀਦੇ ਨੇ ਕਿਉਂਕਿ ਇਹ ਫਿਲਮ ਹੋ ਸਕਦਾ ਵਧੀਆ ਕਰ ਜਾਏ वैसे की केरेवाल सरगुन मेहता दी फिल्म पहली फिल्म चंडीगढ़ अंबरसर चंडीगढ़ ने ना कमाल नहीं सी कीता हो सकता है इस बारी डबल धमाल कर दे फिल्म थैंक यू सो मच वाचिंग अगर तुसी दा टीजर देखया दसो किदा लगया मिलते है किसी और नई वी वीडियो दे विच तब तक